ਰੋਜ਼ਾਨਾ ਦਿਨ ਦਿਹਾੜੇ ਕਤਲੇਆਮ ਚੋਰੀਆਂ ਚੇਨਾ ਲਾਲੀਆਂ। ਕੱਲ ਗਿੱਦੜਬਾਹ ਚ ਪਹਿਲੀ ਵਾਰੀ ਜ਼ਿੰਦਗੀ ਚ 15 ਸਾਲਾਂ ਚ ਮੈਂ ਸਾਰਾ ਬਾਜ਼ਾਰ ਬੰਦ ਲੋਕਾਂ ਨੇ ਕੀਤਾ ਤੇ ਧਰਨਾ ਲਾਇਆ, ਮੇਰੀ ਫੇਸਬੁੱਕ ਤੇ ਵੇਖ ਲਓ। ਪਹਿਲੀ ਵਾਰੀ ਹੋਇਆ ਕਿ ਧਰਨਾ ਲੱਗਿਆ ਤੇ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਆਏ। ਮੈਨੂੰ ਵੋਟ ਪਾਉਂਦਾ ਹਿੰਦੂ, ਹਿੰਦੂ ਬੋਲਦਾ ਨਹੀਂ ਹੈ ਲੇਕਿਨ ਹਿੰਦੂ ਭਰਾ ਮਹਿਸੂਸ ਕਰਦਾ ਹੈ। ਤੇ ਸਾਰਿਆਂ ਨੇ ਜਦੋਂ ਧਰਨਾ ਲਾਇਆ ਤੇ ਮੈਂ ਉਸ ਧਰਨੇ ਚ ਸ਼ਮੂਲੀਅਤ ਕੀਤੀ, ਕਹਿੰਦੇ ਇੱਕ ਦਿਨ ਚ 7 ਚੋਰੀਆਂ ਹੋ ਰਹੀਆਂ, ਇੱਕ ਦਿਨ ਚ 7 ਥਾਵਾਂ ਤੇ ਗਿੱਦੜ ਦੇ ਨਿੱਕੀ ਜੀ ਮੰਡੀ ਚ ਚੋਰੀਆਂ ਹੋਈਆਂ, ਦਿਨ ਦਿਹਾੜੇ ਕਤਲੇਆਮ ਗੈਂਗਸਟਰ ਸ਼ਰੇਆਮ ਖੁੱਲੇ ਘੁੰਮ ਰਹੇ ਹੈ। ਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਸਿੱਧੂ ਮੂਸੇਵਾਲਾ ਉਹ ਪੰਜਾਬ ਦਾ ਪੁੱਤ ਜਿਹੜਾ ਬੇਰਹਿਮੀ ਦੇ ਨਾਲ 11 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਉਹ ਸਾਡਾ ਯਾਰ ਸੀਗਾ। ਤੇ ਮੈਂ ਉਹਦੀ ਮਾਤਾ ਚਰਨ ਸਿੰਘ ਕੋਲੇ ਜਿੱਦੇ ਉਹ ਪੂਰਾ ਹੋਇਆ, ਤੇ ਮੈਂ ਤੇ ਸੰਧੂ ਸਾਹਿਬ ਤੇ ਸੁਖਜਿੰਦਰ ਰੰਧਾਵਾ ਰਾਤ ਨੂੰ ਪਹੁੰਚ ਗਏ। ਤੇ ਮਾਂ ਨੂੰ ਇਹ ਲੱਗਦਾ ਸੀ ਖਬਰਾਂ ਪੁੱਤ ਹਸਪਤਾਲ ਚ ਉੱਠ ਕੇ ਆਜੂਗਾ ਮੇਰਾ, ਉਹ ਗੱਭਰੂ ਜਿਹਨੇ ਦੁਨੀਆਂ ਦੇ ਵਿੱਚ ਨਾ ਕੇਵਲ ਦੇਸ਼ ਦੇ ਵਿੱਚ ਦੁਨੀਆਂ ਦੇ ਵਿੱਚ ਨਾ ਪੈਦਾ ਕੀਤਾ। ਤੇ ਜਾਣ ਲੱਗੇ ਜਦੋਂ ਨਵਾ ਨਮੂ ਕੇ ਤੋਰਿਆ ਤੇ ਮਾਂ ਵੈਣ ਪਾਉਂਦੀ ਹੈ ਤੇ ਨਾਲੇ ਕਲਗੀ ਲਾਲ ਰੰਗ ਦੀ ਪੱਗ ਤੇ ਕਲਗੀ ਲਾ ਕੇ ਸਿਹਰੇ ਬੰਨ ਕੇ ਆਪਦੇ ਕੁਆਰੇ ਪੁੱਤ ਨੂੰ ਸ਼ਮਸ਼ਾਨ ਘਾਟ ਉਹ ਮਾਂ ਛੱਡ ਕੇ ਆਈ ਹੈ। ਤੇ ਅੱਜ ਤੱਕ ਇਸ ਕਰਕੇ ਧਰਨਾ ਲਾਇਆ ਹੈ, ਅੱਜ ਤੱਕ 2.25 ਸਾਲ ਬੀਤ ਗਏ, 1.25 ਸਾਲ ਵਾਲਾ ਭੋਗ ਵੀ ਪੈ ਗਿਆ, ਲੇਕਿਨ ਸਿੱਧੂ ਮੂਸੇਵਾਲੇ ਦੀ ਮਾਂ ਤੇ ਬਾਪ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਰੋਂਦੀ ਕਰ ਲਾਉਂਦੀ ਤੇ ਉਹ ਧਰਨੇ ਲਾ ਲਾ ਕੇ ਮਜ਼ਾਵੇ ਕਰਕੇ ਸਾਡਾ ਬਾਈ ਬਲਕੌਰ ਸਿੰਘ ਬਹਿ ਗਿਆ। ਤੇ ਜਿਹੜਾ ਦੁਸ਼ਮਣ ਸੀਗਾ ਸਿੱਧੂ ਮੂਸੇ ਨੂੰ ਮਾਰਨ ਵਾਲਾ, ਉਹ ਕਹਿੰਦਾ ਹਾਂ ਮਾਰਿਆ, ਉਹਨੂੰ ਪ੍ਰਾਹੁਣਿਆਂ ਦੇ ਵਾਂਗ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮੀਡੀਆ ਦੇ ਰਾਹੀਂ ਪੰਜਾਬ ਦੇ ਅੰਦਰ ਪੇਸ਼ ਕੀਤਾ ਜਾਂਦਾ ਹੈ। ਸਾਨੂੰ ਭਗਵੰਤ ਮਾਨ ਸਾਹਿਬ, ਸਾਨੂੰ ਇਸ ਗੱਲ ਦਾ ਦੁੱਖ ਹੈ, ਇਸ ਕਰਕੇ ਸੰਜੇ ਤਲਵਾਰ ਸਾਹਿਬ ਅੱਜ ਦਾ ਇਸ ਧਰਨਾ, ਹੁਣ ਰਾਜਾ ਵੜਿੰਗੇ ਇਸ ਕਰਕੇ ਧਰਨਾ ਲਾਉਣ ਲੱਗਿਆ। ਪੱਤਰਕਾਰ ਸਾਥੀਓ, ਇਹ ਰੌਲਾ ਹੈ, ਇਹ ਮਸਲਾ ਹੈ।